ਉਹ ਪੰਜਾਬਣ ਲੜਕੀ ਵੀ ਕੈਨੇਡਾ ਜਾਣਾ ਚਾਹੁੰਦੀ ਸੀ ਤੇ ਇਸ ਗਰੀਬੀ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਸੀ। ਕਈ ਵਾਰ ਉਸਨੇ ਆਈਲੈਟਸ ਦੇ ਪੇਪਰ ਦਿੱਤੇ ਪਰ ਹਰ ਵਾਰ ਉਸ ਲੜਕੀ ਦੀ ਕਿਸਮਤ ਉਸਨੂੰ ਧੋਖਾ ਦਿੰਦੀ ਔਰ ਉਸਦੇ ਪੂਰੇ ਬੈਂਡ ਨਾ ਆਉਂਦੇ। ਪਰ ਉਸ ਲੜਕੀ ਨੇ ਕੋਸ਼ਿਸ਼ ਜਾਰੀ ਰੱਖੀ। ਆਪਣੀ ਕੋਸ਼ਿਸ਼ ਦੇ ਸਦਕਾ ਉਸਨੇ ਫਿਰ ਪੇਪਰ ਦਿੱਤੇ ਤਾਂ ਉਸ ਅਕਾਲ ਪੁਰਖ ਨੇ ਉਸ ਬੱਚੀ ਦੀ ਫਰਿਆਦ ਸੁਣ ਲਈ। ਮਾਂ ਬਾਪ ਦੇ ਉੱਪਰ ਅੰਤਾਂ ਦੀ ਗਰੀਬੀ ਸੀ, ਜ਼ਮੀਨ ਵੀ ਇੰਨੀ ਜ਼ਿਆਦਾ ਨਹੀਂ ਸੀ ਕਿ ਜਿਸ ਦੇ ਸਦਕਾ ਉਹ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕਣ। ਆਖਿਰਕਾਰ ਘਰ ਬਾਰ ਜ਼ਮੀਨ ਗਹਿਣੇ ਰੱਖ ਕੇ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਜੁਗਾੜ ਲਾ ਕੇ ਕੈਨੇਡਾ ਦੀ ਤਿਆਰੀ ਕਰ ਲਈ। ਕੈਨੇਡਾ ਦਾ ਵੀਜ਼ਾ ਆ ਗਿਆ, ਸਟੱਡੀ ਵੀਜ਼ੇ 'ਤੇ ਉਹ ਕੈਨੇਡਾ ਚਲੇ ਗਈ। ਉਹ ਲੜਕੀ ਚਲੇ ਤਾਂ ਗਈ ਪਰ ਉਸਨੂੰ ਜਿਵੇਂ ਇੱਕ ਆਸ ਸੀ ਕਿ ਮੈਨੂੰ ਜਾਂਦਿਆਂ ਨੂੰ ਕੰਮ ਮਿਲ ਜਾਵੇਗਾ ਅਤੇ ਆਪਣੀ ਫੀਸ ਦਾ ਜਿਹੜਾ ਖਰਚਾ ਹੈ ਮੈਂ ਕੰਮ ਕਰਕੇ ਉਸ ਤੋਂ ਹੀ ਕੱਢੀ ਜਾਵਾਂਗੀ। ਜਾਂਦੀ ਨੂੰ ਸਟਰਗਲ ਕਰਨਾ ਪਿਆ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਪਰ ਉਸਨੂੰ ਕੰਮ ਤਾਂ ਮਿਲ ਗਿਆ ਸੀ। ਪਰ ਉਸ ਕੰਮ ਦੇ ਵਿੱਚ ਸਿਰਫ ਤਾਂ ਸਿਰਫ ਉਹ ਆਪਣਾ ਹੀ ਗੁਜ਼ਾਰਾ ਕਰ ਸਕਦੀ ਸੀ, ਆਪਣੇ ਮਾਂ ਬਾਪ ਨੂੰ ਕੁਛ ਵੀ ਨਹੀਂ ਸੀ ਭੇਜ ਸਕਦੀ। ਹਰ ਰੋਜ਼ ਆਪਣੇ ਮਾਂ ਬਾਪ ਦੇ ਨਾਲ ਫੋਨ 'ਤੇ ਗੱਲਬਾਤ ਕਰਦੀ ਅਤੇ ਉੱਥੋਂ ਦੀ ਹਾਲਤ ਬਾਰੇ ਸਭ ਖੁੱਲ੍ਹ ਕੇ ਬਿਆਨ ਕਰਦੀ। ਪਰ ਮਾਂ ਬਾਪ ਨੂੰ ਆਸ ਸੀਗੀ ਕਿ ਸਾਡੀ ਬੱਚੀ ਬਹੁਤ ਹੋਣਹਾਰ ਹੈ ਔਰ ਆਪਣਾ ਵੀ ਭਵਿੱਖ ਬਣਾਏਗੀ ਅਤੇ ਸਾਡਾ ਵੀ ਇਹ ਭਵਿੱਖ ਬਣਾਏਗੀ। ਕੰਮ ਮਿਲਦਾ ਗਿਆ, ਛੋਟਾ ਮੋਟਾ ਕੰਮ, ਸਿਰਫ ਉਹ ਆਪਣੇ ਤੱਕ ਹੀ ਸੀਮਤ ਸੀ ਉਸਦੇ। ਉਸਦੇ ਵਿੱਚ ਘਰ ਦਾ ਗੁਜ਼ਾਰਾ, ਜਿਸ ਕਮਰੇ ਵਿੱਚ ਰਹਿੰਦੇ ਨੇ ਉਸ ਕਮਰੇ ਦਾ ਖਰਚਾ, ਹਾਲਾਂਕਿ ਜਿਸ ਕਮਰੇ ਦੇ ਵਿੱਚ ਉਸ ਲੜਕੀ ਨੂੰ ਰਹਿਣ ਲਈ ਜਗ੍ਹਾ ਮਿਲੀ ਸੀ, ਉਹ ਵੀ ਪੰਜਾਬ ਤੋਂ ਹੀ ਇੱਕ ਪਰਿਵਾਰ ਸੀ, ਪਰ ਉਹ ਜੰਮਪਲ ਉੱਥੇ ਦੇ ਸਨ। ਆਖਿਰ ਕੋਈ ਕਿੰਨੀ ਦੇਰ ਤੱਕ ਆਪਣੀ ਮਦਦ ਕਰ ਸਕਦਾ ਹੈ? ਲੇਕਿਨ ਇੱਕ ਦਿਨ ਉਹ ਲੜਕੀ ਪੂਰੀ ਤਰ੍ਹਾਂ ਪਰੇਸ਼ਾਨ ਹੋ ਗਈ। ਸ਼ੁਰੂ ਵਿੱਚ ਤਾਂ ਫੀਸ ਦੇ ਨਾਲ ਗੁਜ਼ਾਰਾ ਹੁੰਦਾ ਗਿਆ, ਪਰ ਜਦੋਂ ਕੰਮ ਹੀ ਮਿਲਣਾ ਬੰਦ ਹੋ ਗਿਆ ਤਾਂ ਫਿਰ ਉਹ ਕਰੇ ਤਾਂ ਕੀ ਕਰੇ? ਉਧਰੋਂ ਕਾਲਜ ਵਾਲਿਆਂ ਦਾ ਇਹ ਕਹਿਣਾ ਸੀ ਕਿ ਜਲਦੀ ਤੋਂ ਜਲਦੀ ਫੀਸ ਜਮ੍ਹਾਂ ਕਰਵਾਓ, ਤਾਂ ਇੱਧਰ ਮਾਂ ਬਾਪ ਦੇ ਕੋਲ ਆਪਣੀ ਬੱਚੀ ਨੂੰ ਭੇਜਣ ਲਈ ਕੋਈ ਪੈਸਾ ਨਹੀਂ ਸੀ। ਆਖਿਰਕਾਰ ਦੁੱਖਾਂ ਦਾ ਪਹਾੜ ਉਸ ਪੰਜਾਬਣ 'ਤੇ ਆ ਡਿੱਗਿਆ। ਦੁੱਖਾਂ ਦੀ ਤਾਬ ਨਾ ਚੱਲਦਿਆਂ ਹੋਇਆਂ ਉਸਨੇ ਰਾਤ ਨੂੰ ਡਿਸਾਈਡ ਕੀਤਾ ਕਿ ਇਸ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਅੱਛੀ ਹੈ। ਉਸਨੇ ਰਾਤ ਨੂੰ ਮਾਂ ਬਾਪ ਨਾਲ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਸਵੇਰੇ ਮਾਂ ਬਾਪ ਨੂੰ ਇਹ ਫੋਨ ਆਇਆ ਕਿ ਤੁਹਾਡੀ ਬੱਚੀ ਨੇ ਖੁਦਕੁਸ਼ੀ ਕਰ ਲਈ। ਉਹ ਬੱਚੀ ਜੋ ਆਪਣੇ ਮਾਂ ਬਾਪ ਦਾ ਭਵਿੱਖ ਸਵਾਰਨਾ ਚਾਹੁੰਦੀ ਸੀ, ਆਪਣਾ ਭਵਿੱਖ ਬਣਾਉਣਾ ਚਾਹੁੰਦੀ ਸੀ, ਅੱਜ ਆਪਣੇ ਮਾਂ ਬਾਪ ਨੂੰ ਰੋਂਦਿਆਂ ਕਰਲਾਉਂਦਿਆਂ ਬੇਸਹਾਰਾ ਛੱਡ ਦੁੱਖਾਂ ਤੋਂ ਨਜ਼ਾਤ ਪਾਉਣ ਵਾਸਤੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਆਪਣੀ ਜੋ ਵੀ ਉੱਧਰਲੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਜੋ ਵੀ ਕਾਰਵਾਈ ਸੀ ਉਹ ਕੈਨੇਡਾ ਦੀ ਪੁਲਿਸ ਨੇ ਕੀਤੀ। ਪਰ ਵੱਡਾ ਸਵਾਲ ਇਹ ਹੈ ਦੋਸਤੋ ਕਿ ਖੁਦਕੁਸ਼ੀ ਕਰਨ ਤੋਂ ਬਾਅਦ ਅਸੀਂ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ? ਇੱਧਰ ਮਾਂ ਬਾਪ ਜਿਸਨੇ ਸਦਰਾਂ ਦੇ ਨਾਲ ਬੇਟੀ ਦੇ ਇੱਕ ਭਰੋਸੇ ਨੂੰ ਜਿੱਤਣ ਵਾਸਤੇ ਪੂਰੀ ਦੀ ਪੂਰੀ ਜ਼ਮੀਨ ਗਹਿਣੇ ਧਰ ਦਿੱਤੀ, ਅਤੇ ਆਖਿਰਕਾਰ ਉਸਨੂੰ ਮਿਲਿਆ ਕੀ? ਕੁਛ ਨਹੀਂ, ਨਾ ਬੇਟੀ ਰਹੀ ਅਤੇ ਨਾ ਹੀ ਜ਼ਮੀਨ ਰਹੀ। ਸੁੱਖਾਂ ਦੀ ਜ਼ਿੰਦਗੀ ਬਤੀਤ ਕਰਨ ਦੇ ਸੁਪਨੇ ਜਿਹੜੇ ਹੈ ਉਹ ਚੱਕਣਾ ਚੂਰ ਹੋ ਗਏ ਅਤੇ ਦੁੱਖਾਂ ਦਾ ਪਹਾੜ ਪਰਿਵਾਰ 'ਤੇ ਗਿਰ ਗਿਆ। ਦੋਸਤੋ, ਇਸ ਕਹਾਣੀ ਨੂੰ ਸੁਣਾਉਣ ਦਾ ਦੱਸਣ ਦਾ ਮਤਲਬ ਇਹੀ ਸੀਗਾ ਕਿ ਸਾਨੂੰ ਦੁੱਖਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਉਹ ਅਕਾਲ ਪੁਰਖ ਜੋ ਵੀ ਕਰ ਰਿਹਾ ਹੈ ਉਹ ਸਾਡੀ ਬਿਹਤਰੀ ਲਈ ਕਰ ਰਿਹਾ, ਸਾਡੇ ਭਲੇ ਲਈ ਕਰ ਰਿਹਾ ਹੈ। ਇਸ ਕਹਾਣੀ ਦੀ ਪੰਜਾਬੀ ਸਰਗਰਮੀਆਂ ਪੁਸ਼ਟੀ ਨਹੀਂ ਕਰ ਰਿਹਾ, ਕਿਉਂਕਿ ਇਹਦੇ ਵਿੱਚ ਕੁਛ ਚੀਜ਼ਾਂ ਨੇ ਜੋ ਕਾਲਪਨਿਕ ਨੇ। ਇੱਕ ਵਾਰੀ ਫਿਰ ਆਪ ਸਭ ਪੰਜਾਬੀ ਸਰਗਰਮੀਆਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਜੁੜੇ ਰਹੋ ਪੰਜਾਬੀ ਸਰਗਰਮੀਆਂ ਦੇ ਨਾਲ।